ਉਧਰ ਵਿਧਾਨ ਸਭਾ ਇਜਲਾਸ ਦੇ ਦੌਰਾਨ ਨਵੇਂ ਸਪੀਕਰ ਦੀ ਚੋਣ ਹੋ ਗਈ ਹੈ ਤੇ ਰਾਣਾ ਕੇਪੀ ਸਿੰਘ 15ਵੀਂ ਵਿਧਾਨ ਸਭਾ ਦੇ ਸਪੀਕਰ ਬਣੇ ਨੇ। ਜੀ ਹਾਂ, ਸਰਬ ਸੰਮਤੀ ਦੇ ਨਾਲ ਰਾਣਾ ਕੇਪੀ ਸਿੰਘ ਦੇ ਨਾਮ ਤੇ ਮੋਹਰ ਲੱਗੀ ਹੈ। ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਚੁਣੇ ਗਏ ਪੰਜਾਬ ਦੇ ਨਵੇਂ ਸਪੀਕਰ। ਸੋ ਰਾਣਾ ਕੇਪੀ ਸਿੰਘ 15ਵੀਂ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਨੇ, ਸਰਬ ਸੰਮਤੀ ਨਾਲ ਉਹਨਾਂ ਨੂੰ ਸਪੀਕਰ ਚੁਣਿਆ ਗਿਆ। ਹਾਲਾਂਕਿ ਜੋ ਡਿਪਟੀ ਸਪੀਕਰ ਦੀ ਚੋਣ ਹੈ ਉਹ ਮੁਲਤਵੀ ਕਰ ਦਿੱਤੀ ਗਈ।